ਅਜੀਤ ਵੈੱਬ ਟੀਵੀ ਵੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸਾਥੀਓ। ਮੈਂ ਹਾਂ ਤੁਹਾਡਾ ਸਾਥੀ ਬਲਦੇਵ ਸਿੰਘ ਕੰਬੋ ਅਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸਰਹੱਦ 'ਤੇ ਮਹਿਜ਼ ਕੁਛ ਗਜ਼ ਦੇ ਫਾਸਲੇ 'ਤੇ ਕਿਸੇ ਸਮੇਂ ਘੁੱਗ ਵੱਸਣ ਵਾਲੇ ਕਸਬਾ ਪੁਲ ਕੰਜਰੀ ਵਿਖੇ। ਜੇਕਰ ਇਸ ਕਸਬੇ ਦੀ ਪਿੱਠ ਭੂਮੀ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਇਹ ਕਸਬਾ ਹੋਂਦ ਵਿੱਚ ਆਇਆ ਸੀ। ਕਿਹਾ ਜਾਂਦਾ ਹੈ ਕਿ ਨ੍ਰਿਤਕੀ ਮੋਹਰਾਂ ਦੀ ਨਾਚ ਕਲਾ ਤੋਂ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਭਾਵਿਤ ਸਨ। ਨ੍ਰਿਤਕੀ ਮੋਹਰਾਂ ਇੱਕ ਵਾਰ ਇਸ ਛੋਟੀ ਨਹਿਰ ਜਿਸ ਦੇ ਕੰਢੇ 'ਤੇ ਕਸਬਾ ਵੱਸਦਾ ਸੀ ਉਹ ਪਾਰ ਕਰਦਿਆਂ ਉਹਦੇ ਪੈਰ ਦਾ ਜੁੱਤਾ ਜਿਹੜਾ ਇਸ ਨਹਿਰ ਦੇ ਵਿੱਚ ਡਿੱਗ ਪਿਆ ਸੀ ਅਤੇ ਮੋਹਰਾਂ ਦੀ ਮੰਗ 'ਤੇ ਹੀ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਨਹਿਰ 'ਤੇ ਪੁਲ ਦਾ ਨਿਰਮਾਣ ਕਰਵਾਇਆ ਜੋ ਪੁਲ ਕੰਜਰੀ, ਪੁਲ ਮੋਹਰਾਂ ਅਤੇ ਪੁਲ ਖਾਲਸਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਪੁਰਾਤਨ ਕਸਬਾ ਪੁਲ ਕੰਜਰੀ ਵਿਖੇ 100 ਵਰਗ ਮੀਟਰ ਵਿੱਚ ਸੁੰਦਰ ਸੈਰਗਾਹ ਹੈ ਜਿਸ ਵਿੱਚ ਇੱਕ ਸੁੰਦਰ ਤਲਾਬ ਹੈ ਜਿਸ ਦੇ 12 ਪੌੜ ਹਨ। ਇਹ ਤਲਾਬ ਅੱਜ ਕੱਲ ਸੁੱਕਾ ਪਿਆ ਹੈ। ਇਸ ਤਲਾਬ ਦੇ ਪੂਰਬ ਵਾਲੇ ਪਾਸੇ ਵੱਲ ਇੱਕ 50 ਵਰਗ ਫੁੱਟ ਦੇ ਮਜ਼ਬੂਤ ਚੁਬਾਰੇ ਉੱਪਰ ਇੱਕ ਮੰਦਰ ਸੁਸ਼ੋਭਿਤ ਹੈ। ਇਸ ਮੰਦਰ ਦੀ ਇਮਾਰਤ ਨਾਨਕ ਸ਼ਾਹੀ ਇੱਟਾਂ ਦੀ ਬਣੀ ਹੋਈ ਹੈ ਅਤੇ ਇਸ ਦਾ ਰੱਖ ਰਖਾਵ ਚੰਗਾ ਹੈ। ਇਸ ਮੰਦਰ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਸੁੰਦਰ ਚਿੱਤਰ ਹਨ ਅਤੇ ਦਿਲਕਸ਼ ਚਿੱਤਰਕਾਰੀ ਕੀਤੀ ਹੋਈ ਹੈ। ਇਸ ਤਲਾਬ ਦੇ ਪੱਛਮ ਵੱਲ ਔਰਤਾਂ ਲਈ ਹਮਾਮ ਭਾਵ ਇਸ਼ਨਾਨ ਘਰ ਬਣਿਆ ਹੈ। ਇਸ ਦਾ ਨਿਰਮਾਣ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਕੋਈ ਉਪਰੀ ਨਜ਼ਰ ਇਸ ਹਮਾਮ ਦੇ ਆਸ ਪਾਸ ਵੀ ਨਹੀਂ ਜਾ ਸਕਦੀ। ਇਸ ਤਲਾਬ ਦੇ ਉੱਤਰ ਵੱਲ ਸ਼ਾਹੀ ਪਸ਼ੂਆਂ ਦੇ ਤਲਾਬ ਵਿੱਚ ਉਤਰਨ ਲਈ ਢਲਾਨ ਬਣੀ ਹੋਈ ਹੈ ਅਤੇ ਦੱਖਣ ਵਾਲੇ ਪਾਸੇ ਇੱਕ ਦਿਲਕਸ਼ ਦਰਸ਼ਨੀ ਚਬੂਤਰਾ ਹੈ। ਪਿਛਲੀਆਂ ਸਰਕਾਰਾਂ ਨੇ ਇਸ ਇਤਿਹਾਸਿਕ ਇਮਾਰਤ ਨੂੰ ਸੰਭਾਲਣ ਲਈ ਵੱਡੀ ਰਾਸ਼ੀ ਖਰਚ ਕੀਤੀ। ਅੱਜ ਕੱਲ ਇੱਥੇ ਸੈਲਾਨੀਆਂ ਅਤੇ ਪੁਰਾਤਨ ਇਮਾਰਤਾਂ ਵੇਖਣ ਵਾਲੇ ਸ਼ੌਕੀਨਾਂ ਦੀ ਵੱਡੀ ਆਮਦ ਵੇਖੀ ਜਾਂਦੀ ਹੈ। ਤੇ ਅੰਮ੍ਰਿਤਸਰ ਦੇ ਦਰਮਿਆਨ ਕਿਸੇ ਸਮੇਂ ਘੁੱਗ ਵੱਸਦਾ ਕਸਬਾ ਪੁਲ ਕੰਜਰੀ ਜੋ 1947 ਦੇ ਉਜਾੜਿਆਂ ਵੇਲੇ ਬਰਬਾਦ ਹੋ ਗਿਆ, ਢਹਿ ਗਿਆ, ਥੇ ਹੋ ਗਿਆ। ਅੱਜ ਅਸੀਂ ਜਿੱਥੇ ਉਸ ਇਤਿਹਾਸਿਕ ਧਰੋਹਰ, ਇਸ ਇਤਿਹਾਸਿਕ ਬਾਰਾਂਦਰੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਨਿਰਮਾਣ ਕਰਾਈ ਸੀ ਉਸ ਦੇ ਰੂਬਰੂ ਦਰਸ਼ਕਾਂ ਨੂੰ ਕੀਤਾ, ਉੱਥੇ ਇਸ ਪਿੰਡ ਪੁਲ ਕੰਜਰੀ ਦੇ ਜਿਹੜੇ ਇੱਥੇ ਵੱਸਣ ਵਾਲੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਹ ਜਿਹੜਾ ਕਸਬਾ ਹੈ ਕਿਸ ਤਰ੍ਹਾਂ ਦਾ ਘੁੱਗ ਵੱਸਦਾ ਹੈ। ਇਹ 1947 ਦੇ ਵੇਲੇ ਦੇ ਜਿਹੜੇ ਹਾਲਾਤ ਸੀ ਜਾਂ ਤੁਸੀਂ ਥੋੜ੍ਹਾ ਬਹੁਤ ਉਹ ਵੇਖਿਆ ਹੋਣਗੇ ਜਾਂ ਆਪਣੇ ਬਜ਼ੁਰਗਾਂ ਕੋਲੋਂ ਸੁਣੇ ਹੋਣਗੇ, ਇੱਥੇ ਕਹਿੰਦੇ ਵੀ ਬਹੁਤ ਵਧੀਆ ਬਾਜ਼ਾਰ ਸੀ। ਉਹ ਕਿਹੜੀ ਜਗ੍ਹਾ 'ਤੇ ਬਾਜ਼ਾਰ ਸੀ? ਇਹੋ ਜਿਹਾ ਬਾਜ਼ਾਰ ਸੀ ਕਿ ਕੋਹ ਆ ਪਰਲੇ ਬੰਨੇ ਕੋਠੇ ਇੱਕ ਹੀ। ਅਤੇ 1947 ਦੇ ਵੇਲੇ ਕੀ ਹੋਇਆ ਕਿ ਇਹ ਬਾਜ਼ਾਰ ਜਿਹੜੇ ਆ ਵੱਸਦਾ ਹੱਸਦਾ ਵੱਸਦਾ ਨਗਰ, ਹੱਸਦਾ ਵੱਸਦਾ ਕਸਬਾ ਜਿਹੜਾ ਵਾ ਉਹ ਬਰਬਾਦ ਹੋ ਗਿਆ? 1947  'ਚ ਕੀ ਵਾਪਰਿਆ? 1947 ਦੇ ਵਿੱਚ ਜੰਗ ਹੋਇਆ ਹਿੰਦੁਸਤਾਨ ਅਤੇ ਪਾਕਿਸਤਾਨ ਦਾ। ਜਦੋਂ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਬਣੇ ਤੋਂ ਬਾਅਦ ਵਿੱਚ ਇਹ ਵਿਕਿਆ। ਉਹਨਾਂ ਪਾਕਿਸਤਾਨ ਵਾਲੇ ਮੁਸਲਮਾਨ ਕਹੇ ਉਹਨੇ ਗੱਲ ਆ ਗਈਆਂ, ਇੱਥੋਂ ਵਾਲੇ ਲੋਕ ਜਿਹੜੇ ਵੱਸਦੇ ਸੀ ਉਹ ਪਿੱਛੇ ਦੌੜ ਕੇ ਉਹ ਆਪਣਾ ਸਮਾਨ ਲੈ ਕੇ ਉਹ ਇੱਥੇ ਰੁਕ ਗਿਆ ਅਤੇ ਉਹ ਚਲੇ ਗਏ। ਇਹ ਸੰਤਾਪ 'ਤੇ ਬਹੁਤ ਕਸਮਿਆਂ ਨੇ ਹੰਢਾਇਆ ਹੈ, ਬਹੁਤ ਪਿੰਡਾਂ ਨੇ ਹੰਢਾਇਆ, ਬਹੁਤ ਸ਼ਹਿਰਾਂ ਨੇ ਹੰਢਾਇਆ, ਪਰ ਉਹ ਮੁੜ ਕੇ ਫਿਰ ਆਬਾਦ ਹੋ ਗਏ। ਅਤੇ ਇਹ ਜਿਹੜਾ ਕਸਬਾ ਸੀ ਇਹ ਆਬਾਦ ਕਿਉਂ ਨਹੀਂ ਹੋ ਸਕਿਆ? ਕੀ ਤੁਸੀਂ ਮਹਿਸੂਸ ਕਰਦੇ ਕਿਉਂ ਨਹੀਂ ਆਬਾਦ ਹੋ ਸਕਿਆ? ਇਹ ਜੀ ਬਾਰਡਰ ਲਾਈਨ ਕਰਕੇ ਨਹੀਂ ਆਬਾਦ ਹੋ ਸਕਿਆ, ਕਿਉਂਕਿ ਬਾਰਡਰ ਦੇ ਉੱਤੇ ਇਹ ਨੰਗਰ ਸੀ, ਇਹ ਬਾਰਡਰ ਦੇ ਉੱਤੇ ਬਾਰਡਰ ਲਾਈਨ ਦੇ ਉੱਤੇ ਆ ਗਿਆ ਅਤੇ ਆਬਾਦ ਨਹੀਂ ਹੋ ਸਕਿਆ। ਬਿਲਕੁਲ ਜੀ, ਇਹ ਸਰਦਾਰ ਹਰਜਿੰਦਰ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਉਹ ਇੱਥੇ ਵੱਸਦੇ ਨੇ ਅਤੇ ਉਹਨਾਂ ਜਿਹੜੀ ਗੱਲ ਕੀਤੀ ਉਹ ਕੀਤੀ ਹੈ ਕਿ ਇਹ ਜਿਹੜਾ ਪਿੰਡ ਆ ਜਿਹੜੀ ਅੰਤਰਰਾਸ਼ਟਰੀ ਸਰਹੱਦ ਆ ਉਹ ਤੋਂ ਮਹਿਜ਼ ਜਿਹੜਾ ਇਹ 50 ਕੁ ਗਜ਼ ਦੇ ਫਾਸਲੇ ਦੇ ਉੱਤੇ ਹੀ ਆ ਪਿੰਡ, ਇਸ ਕਰਕੇ ਇਹ ਜਿਹੜਾ ਨਗਰ ਆ ਮੁੜ ਕੇ ਦੁਬਾਰੇ ਆਬਾਦ ਨਹੀਂ ਹੋ ਸਕਿਆ। ਇਹ ਜਿਹੜਾ ਕਸਬਾ ਸੀ ਜਿਹੜਾ ਇਹ ਵੱਸਦਾ ਕਸਬਾ ਸੀ ਅਤੇ 1947 ਦੇ ਵਿੱਚ ਕੀ ਹਾਲਾਤ ਬਣੇ ਕਿ ਇਹ ਬਰਬਾਦ ਹੋ ਗਿਆ? ਬਾਹਰ ਹੀ ਕੱਤੇ ਮੁਸਲਮਾਨ ਇੰਨੇ ਪਏ, ਅਸੀਂ ਆਪ ਇੱਥੋਂ ਭੱਜ ਕੇ ਨਿਕਲ ਗਏ ਹਾਂ। ਇਹ ਕਸਬਾ ਜਿਹੜਾ ਸੀ ਉਸ ਟਾਈਮ ਉਦੋਂ ਇੱਥੇ ਕਿਹੜੀਆਂ ਕਿਹੜੀਆਂ ਸਹੂਲਤਾਂ ਸੀ? ਕੀ ਕੋਈ ਸਕੂਲ, ਬਾਜ਼ਾਰ ਕੁਛ ਹੈਗੇ ਸਨ ਇਹੋ ਜਿਹਾ? ਕਈ ਬਾਜ਼ਾਰ, ਸਕੂਲ, ਪੰਜਵੀਂ ਜਮਾਤ 'ਚ ਅਸੀਂ ਪੜ੍ਹਦੇ ਰਹੇ ਇੱਥੇ। ਅੱਛਾ, ਬਾਕੀ ਵੀ ਕਈ ਪਿੰਡ, ਕਈ ਨਗਰ, ਕਈ ਜਿਹੜੇ ਕਸਬੇ ਨੇ ਉਹ 1947 ਦੀ ਭਾਰਤ ਪਾਕਿਸਤਾਨ ਵੰਡ ਦੇ ਵਿੱਚ ਉੱਜੜ ਗਏ, ਤੁਸੀਂ ਕੀ ਕਾਰਨ ਸਮਝਦੇ ਵੀ ਇਹ ਦੁਬਾਰੇ ਮੁੜ ਕੇ ਆਬਾਦ ਕਿਉਂ ਨਾ ਹੋ ਸਕਿਆ? ਵਾਹ ਕਰਾ ਹੋਣਾ ਹੈ ਜੋ ਰਿਆ ਇਹ ਕਾਕਰ ਜੀ ਦਾ ਵਾਸ ਹੋਣਾ ਕਿਤਾ ਹੈ
ਲੋਕੀ ਰੋਟੀ ਕੋਲ ਮਰਦੇ ਜਾਂਦੇ ਸੀ। ਤੇ ਜਿਹੜੇ ਇੱਥੇ ਇਸ ਨਗਰ ਦੇ ਵਿੱਚ ਹਟਵਾਣੀਏ ਸਨ, ਜਿਹੜੇ ਹੱਟਾਂ ਕਰਦੇ ਸਨ, ਜਿਨ੍ਹਾਂ ਦਾ ਇੱਥੇ ਕਾਰੋਬਾਰ ਸੀ, ਉਹ ਮੁੜ ਕੇ ਫਿਰ ਕਿੱਧਰ ਚਲੇ ਗਏ? ਸਾਰੇ ਚਲੇ ਗਏ, ਇਹ ਪਿੰਡਾਂ ਦਾ ਪਿੰਡ ਹੀ ਨਿਕਲ ਗਿਆ ਇੱਥੋਂ। ਇਹ ਜਿਹੜਾ ਨਗਰ ਸੀ ਪੁਲ ਕੰਜਰੀ ਕਸਬਾ ਜਿਹੜਾ ਜਿਹਦੇ ਵੱਸਦਾ ਸੀ, ਅਤੇ ਉਸ ਟਾਈਮ ਦੇ ਹਾਲਾਤ ਤੁਸੀਂ ਆਪਣੀ ਅੱਖੀਂ ਵੇਖੇ ਆ, ਕੀ ਹੋਇਆ ਅਤੇ ਜਿਹੜਾ ਕਸਬਾ ਜਿਹੜਾ ਇਹ ਬਰਬਾਦ ਹੋ ਗਿਆ, ਕੀ ਹੋਇਆ ਸੀ ਉਸ ਟਾਈਮ? ਗੋਲਾ ਵੱਜਿਆ, ਪੁਲ 'ਤੇ ਗੋਲਾ ਵੱਜਿਆ ਅਤੇ ਦੁਕਾਨਾਂ ਠਾਂ ਡਿੱਗਣੀਆਂ। ਉਸ ਟਾਈਮ ਇਹ ਕੀ ਹੋ ਗਿਆ, ਮਤਲਬ ਜਦੋਂ ਤੁਸੀਂ ਆਉਂਦੇ ਵੀ ਹਮਲਾ ਹੋ ਗਿਆ ਜਾਂ ਗੋਲਾ ਵੱਜਿਆ, ਅਤੇ ਇੱਥੇ ਤੁਸੀਂ ਬਾਜ਼ਾਰ ਵੇਖੇ ਆ ਤੁਸੀਂ ਉਸ ਟਾਈਮ ਜਦੋਂ ਇਸ ਤੋਂ ਪਹਿਲਾਂ ਜਦੋਂ ਤੁਸੀਂ ਵੱਸਦੇ ਸੀ ਬਾਜ਼ਾਰ ਇੱਥੇ ਆਬਾਦ ਬਾਜ਼ਾਰ ਤੁਸੀਂ ਵੇਖੇ ਆ ਜਾਂ ਕੋਈ ਖਰੀਦੋ ਫਰੋਖਤ ਕੀਤੀ ਆਪਣੇ ਹੱਥੀਂ? ਵਰੀਆਂ ਵੱਜਦੀਆਂ ਰਹੀਆਂ, ਭਾਂਡੇ ਲੋਕ ਖੜਦੇ ਰਹੇ, ਝੂੜੇ ਚੜਾਉਂਦੇ ਰਹੇ ਕੁੜੀਆਂ ਨੂੰ, ਸਭ ਕੁਛ ਵੱਸਦਾ। ਅਤੇ ਤੁਸੀਂ ਕੀ ਮਹਿਸੂਸ ਕਰਦੇ ਵੀ ਜਦੋਂ ਇਹ ਹੋਰ ਵੀ ਕਈ ਨਗਰ ਕਈ ਪਿੰਡ ਜਿਹੜੇ ਨੇ 1947 ਦੀ ਭਾਰਤ ਪਾਕਿਸਤਾਨ ਵੰਡ ਦੇ ਵਿੱਚ ਬਰਬਾਦ ਹੋ ਗਏ, ਅਤੇ ਤੁਸੀਂ ਕੀ ਮਹਿਸੂਸ ਕਰਦੇ ਵੀ ਇਹ ਜਿਹੜਾ ਕਸਬਾ ਏਡਾ ਸੋਹਣਾ ਕਸਬਾ ਜਿਸ ਤਰ੍ਹਾਂ ਤੁਸੀਂ ਦੱਸਦੇ ਕਿ ਵਰੀਆਂ ਵੱਜਦੀਆਂ ਸੀ, ਚੂੜੇ ਚੜਾਏ ਜਾਂਦੇ ਸੀ, ਅਤੇ ਇਹ ਦੁਬਾਰੇ ਮੁੜ ਕੇ ਆਬਾਦ ਕਿਉਂ ਨਾ ਹੋ ਸਕਿਆ, ਕਿਉਂ ਨਾ ਮੁੜ ਕੇ ਦੁਬਾਰੇ ਫਿਰ ਵੱਸਿਆ? ਫਿਰ ਡਰਦੇ ਦੁਨੀਆਂ ਨਹੀਂ ਨਾ ਆਈ, ਡਰਦੀ ਦੁਨੀਆਂ ਨਾ ਆਈ ਵੀ ਫਿਰ ਗੋਲਾ ਮੁਸਲਮਾਨ ਆ ਕੇ ਸਾਨੂੰ ਮਾਰ ਨਾ ਦੇਣ, ਪਾਣੀ ਵੱਸਿਆ ਪੁਲ ਮੁੜ ਕੇ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਮਾਤਾ ਜੀ ਨੇ ਗੱਲ ਕੀਤੀ ਆ, ਮਾਤਾ ਧੰਤ ਕੌਰ ਜੀ ਨੇ, ਕਿ ਹਿੰਦੁਸਤਾਨ ਪਾਕਿਸਤਾਨ ਦੀ ਐਨ ਸਰਹੱਦ 'ਤੇ ਵਸਣ ਕਰਕੇ ਇਹ ਜਿਹੜਾ ਕਸਬਾ ਹੈ ਮੁੜ ਕੇ ਦੁਬਾਰੇ ਆਬਾਦ ਨਹੀਂ ਹੋ ਸਕਿਆ, ਕਿਉਂਕਿ ਜੇ ਥੋੜ੍ਹੇ ਲਫਜ਼ਾਂ ਦੇ ਵਿੱਚ ਕਹਿ ਲਈਏ ਕਿ ਭਾਰਤ ਪਾਕਿਸਤਾਨ ਵੰਡ ਦਾ ਖਮਿਆਜ਼ਾ ਜਿਹੜਾ ਹੈ ਪੁਲ ਕੰਜਰੀ ਕਸਬਾ ਜਿਹੜਾ ਹੈ ਇਸ ਨੂੰ ਭੁਗਤਣਾ ਪਿਆ। ਇਹ ਉਸ ਟਾਈਮ ਫਿਰਕੂ ਫਸਾਦ ਦੇ ਵਿੱਚ ਐਸਾ ਬਰਬਾਦ ਹੋਇਆ ਕਿ ਮੁੜ ਕੇ ਦੁਬਾਰਾ ਆਬਾਦ ਨਾ ਹੋ ਸਕਿਆ। ਇੱਥੋਂ ਦੇ ਜਿਹੜੇ ਕਾਰੋਬਾਰੀ ਸੀ, ਸਨਅਤਕਾਰ ਸਨ, ਉਹ ਇੱਥੋਂ ਹਿਜਰਤ ਕਰਕੇ ਸ਼ਹਿਰਾਂ ਨੂੰ ਚਲੇ ਗਏ, ਅਤੇ ਮੁੜ ਕੇ ਇਹ ਕਸਬਾ ਜਿਹੜਾ ਦੁਬਾਰੇ ਇਹ ਆਬਾਦ ਨਹੀਂ ਹੋ ਸਕਿਆ। ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਧਰਮਿੰਦਰ ਸਿੰਘ ਔਲਖ, ਅਤੇ ਸਾਥੀਓ ਮੈਂ ਤੁਹਾਡਾ ਸਾਥੀ ਬਲਦੇਵ ਸਿੰਘ ਕੰਬੋ। ਇਹਨਾਂ ਲਫਜ਼ਾਂ ਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ, ਅਗਲੇ ਕਿਸੇ ਐਪੀਸੋਡ ਦੇ ਵਿੱਚ ਕਿਸੇ ਹੋਰ ਸਟੋਰੀ ਦੇ ਨਾਲ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।